189 नवासी कितने होते हैं? 89 89 लेकिन नहीं यार, 50 से एक कम 49, 60 से एक कम 59, 70 से एक कम 69, 80 से एक कम 79, 90 से एक कम 89, 89 तो नहीं है। ਇਹਨੂੰ 79 ਰੁਪਏ ਹੀ ਨਹੀਂ ਪਤਾ ਚੱਲਦੇ ਪਏ, ਪਰ ਦੋਵਾਂ ਦੀਆਂ ਸ਼ਕਲਾਂ ਦੇਖੋ ਕਿੰਨੀਆਂ ਮਿਲਦੀਆਂ, ਅਤੇ ਜੇ ਦੋਵਾਂ ਦੀਆਂ ਸ਼ਕਲਾਂ ਮਿਲਦੀਆਂ ਹੋਣ ਮੈਥ ਵਿੱਚ ਇਹਨਾਂ ਨੂੰ ਕੀ ਕਹਿੰਦੇ ਆ, ਆਓ ਦੇਖੀਏ। ਅੱਜ ਆਪਾਂ ਕਰਨਾ ਹੈ ਨਵਾਂ ਚੈਪਟਰ, ਚੈਪਟਰ ਨੰਬਰ 7 ਟ੍ਰਾਇੰਗਲਸ ਤ੍ਰਿਭੁਜ, ਉਹਦੀ ਐਕਸਰਸਾਈਜ਼ 7.1 ਕਰਨੀ ਹੈ। ਸਭ ਤੋਂ ਪਹਿਲਾਂ ਆਪਣੇ ਅਧਿਆਇ ਦਾ ਨਾਮ ਹੈ, ਚੈਪਟਰ ਦਾ ਨਾਮ ਕੀ ਹੈ, ਟ੍ਰਾਇੰਗਲਸ ਹੈ। ਟ੍ਰਾਇੰਗਲ ਦਾ ਮਤਲਬ ਕੀ ਹੁੰਦਾ, ਸਿੰਪਲ ਇੱਕ ਟ੍ਰਾਇੰਗਲ ਤ੍ਰਿਭੁਜ ਆਹੀ ਹੁੰਦਾ ਨਾ। ਤ੍ਰਿਭੁਜ ਦੀਆਂ ਕਿੰਨੀਆਂ ਭੁਜਾਵਾਂ ਹੁੰਦੀਆਂ, ਕਿੰਨੇ ਕੋਣ ਹੁੰਦੇ ਆ, ਆਪਾਂ ਇਹ ਤਾਂ ਬਹੁਤ ਬੇਸਿਕ ਚੀਜ਼ਾਂ ਹੈ ਕਿ ਤਿੰਨ ਭੁਜਾਵਾਂ ਤਿੰਨ ਕੋਣ। ਆਪਾਂ ਦਰਅਸਲ ਕਰਨਾ ਆਹ ਵਾਲੇ ਨਿਸ਼ਾਨ ਵਾਲੇ, ਇਸ ਨਿਸ਼ਾਨ ਦਾ ਕੀ ਮਤਲਬ, ਕੋਈ ਦੱਸੋ ਇਹਨੂੰ ਕੀ ਕਹਿੰਦੇ ਆ? ਸਰਬੰਗ ਸਮ, ਪੰਜਾਬੀ ਚ ਕਹਿੰਦੇ ਆ ਸਰਬੰਗ ਸਮ, ਇੰਗਲਿਸ਼ ਕਹਿੰਦੇ ਆ ਕੋਂਗਰੂਐਂਸੀ। ਕੀ ਕਹਿੰਦੇ ਆ? ਕੋਂਗਰੂਐਂਸੀ। ਹੁਣ ਇਹ ਦੋ ਤ੍ਰਿਭੁਜ ਜਾਂ ਦੋ ਚੀਜ਼ਾਂ ਚ ਹੁੰਦੀ ਹੈ, ਇੱਕ ਚੀਜ਼ ਦੂਜੀ ਚੀਜ਼ ਦੇ ਕੋਂਗਰੂਐਂਟ ਜਾਂ ਸਰਬੰਗ ਸਮ ਕਦੋਂ ਹੋਊ? ਜੇ ਦੋਵੇਂ ਚੀਜ਼ਾਂ ਦਾ ਮਾਪ ਤੇ ਸ਼ਕਲ ਕੀ ਹੋਵੇ, ਜਿਵੇਂ ਆ ਦੋ ਹੱਥ ਹੈ, ਦੋਵੇਂ ਹੱਥਾਂ ਦੀ ਸ਼ਕਲ ਸ਼ੇਪ ਇੱਕੋ ਜਿਹੀ ਹੈ, ਤੇ ਹੁਣ ਮਾਪ ਲਈ ਮੈਂ ਇੱਕ ਦੇ ਉੱਪਰ ਇੱਕ ਰੱਖਾਂ, ਤਾਂ ਦੇਖੋ ਦੋਵੇਂ ਕੋਈ ਵੱਡਾ ਛੋਟਾ ਨਹੀਂ, ਬਰਾਬਰ ਬਰਾਬਰ ਇੱਕ ਦੇ ਉੱਪਰ ਦੂਜਾ ਰੱਖਣ ਨਾਲ ਥੱਲਾ ਦਿਖਦਾ ਪਿਆ ਨਹੀਂ ਨਾ, ਤਾਂ ਇਸਦਾ ਮਤਲਬ ਇਹ ਕੀ ਹੈ, ਦੋਵੇਂ ਹੱਥ ਮੇਰੇ ਸਰਬੰਸਾ ਮੈਂ ਕੋਂਗੂਰੈਂ। ਸਮਝ ਲੱਗ ਗਈ? ਹੁਣ ਜੇ ਇੱਕ ਕਾਪੀ ਹੈ, ਇਸ ਕਾਪੀ ਦੇ ਉੱਪਰ ਮੰਨ ਲਓ ਮੈਂ ਆਹ ਦੂਜੀ ਕਾਪੀ ਰੱਖ ਲਈ, ਪਹਿਲਾਂ ਦੋਵੇਂ ਕਾਪੀਆਂ ਦੀ ਸ਼ਕਲ ਸੇਮ ਹੈ, ਦੋਵੇਂ ਆਇਤ ਹੈ, ਆਇਤ ਹੈ ਨਾ, ਸ਼ਕਲ ਤਾਂ ਸੇਮ ਹੈ, ਚੌਰਸ ਹੈ ਦੋਵੇਂ ਕਾਪੀਆਂ, ਪਰ ਇਹ ਮਾਪ ਸੇਮ ਹੈ। ਮੈਂ ਕੀ ਕੀਤਾ, ਇੱਕ ਨੂੰ ਇਹਦੇ ਉੱਪਰ ਰੱਖਿਆ, ਹੁਣ ਦੂਜੀ ਕਾਪੀ ਜਿਹੜੀ ਹੈ ਪਹਿਲੀ ਨਾਲੋਂ ਛੋਟੀ ਹੈ, ਤੇ ਇੱਥੇ ਮਾਪ ਸੇਮ ਨਹੀਂ ਹੈ, ਤਾਂ ਫਿਰ ਇਹ ਸਰਬੰਸਮ ਨਹੀਂ ਹੈ। ਦੋ ਕੋਈ ਵੀ ਚੀਜ਼ਾਂ ਜਿਨ੍ਹਾਂ ਦੀ ਸ਼ਕਲ ਰੂਪ ਵੀ ਸੇਮ ਹੋਵੇ, ਮਾਪ ਵੀ ਸੇਮ ਹੋਵੇ, ਉਹਨਾਂ ਨੂੰ ਕੀ ਕਹਿੰਦੇ ਆ, ਸਰਬੰਸਮ। ਨਿਸ਼ਾਨ ਕੀ ਹੈ, ਐਵੇਂ ਬਰਾਬਰ ਦਾ ਪਾ ਕੇ ਉੱਪਰ ਆ, ਬਰਾਬਰ ਮਤਲਬ ਮਾਪ, ਇਸ ਬਰਾਬਰ ਤੋਂ ਮਤਲਬ ਹੁੰਦਾ ਕਿ ਮਾਪ ਦੋਵੇਂ ਚੀਜ਼ਾਂ ਦਾ ਬਰਾਬਰ ਹੈ, ਇਸ ਤੋਂ ਮਤਲਬ ਹੁੰਦਾ ਕਿ ਸ਼ਕਲ ਬਰਾਬਰ। ਸਮਝ ਲੱਗ ਗਈ? ਪੱਕੀ ਗੱਲ ਹੈ। ਹੁਣ ਆਪਾਂ ਖਾਸ ਕਰਕੇ ਤ੍ਰਿਭੁਜਾਂ ਚ ਇਹ ਚੀਜ਼ ਦੇਖਣੀ ਹੈ, ਤੁਹਾਡੇ ਸਿਲੇਬਸ ਚ ਸਰਬੰਸਮ ਕੋਂਗਰੂਐਂਸੀ ਤ੍ਰਿਭੁਜਾਂ ਦੀ ਹੈ ਕਿ ਦੋ ਤ੍ਰਿਭੁਜ ਆਪਸ ਚ ਸਰਬੰਸਮ ਹੈਗੇ ਹੈ ਕਿ ਨਹੀਂ। ਜੇ ਨਹੀਂ ਹੈਗੇ ਤਾਂ ਆਪਾਂ ਉਹਨਾਂ ਨੂੰ ਕਰਨਾ ਕਿਵੇਂ ਹੈ, ਕੁਛ ਪ੍ਰੋਪਰਟੀਜ਼ ਹੈ। ਹੁਣ ਆ ਉੱਪਰਲਾ ਕਿਹੜੀ ਆਕ੍ਰਿਤੀ ਹੈ, ਟ੍ਰਾਇੰਗਲ, ਤੇ ਥੱਲੜੀ ਟ੍ਰਾਇੰਗਲ, ਦੋਵੇਂ ਟ੍ਰਾਇੰਗਲ ਹੈ। ਜੇ ਮੇਰੇ ਤੋਂ ਦੋਵੇਂ ਟ੍ਰਾਇੰਗਲ ਹੈ, ਮੈਂ ਇਹਨੂੰ ਮੰਨ ਲਓ ਫੋਲਡ ਕੀਤਾ ਤੇ ਇਹਦੇ ਉੱਪਰ ਆ ਜੂਗਾ, ਤਾਂ ਕਹਿੰਦਾ ਦੱਸੋ ਕਿ ਇਹ ਦੋਵੇਂ ਤ੍ਰਿਭੁਜ ਜਿਹੜੇ ਹੈਗੇ ਸਰਬੰਸਮ ਹੈਗੇ ਨੇ। ਹੁਣ
ਕਿਵੇਂ ਦੱਸਾਂਗੇ? ਉਹਦੇ ਕੁਝ ਤਰੀਕੇ ਹੁੰਦੇ ਆ ਕਿ ਜੇ ਇੱਕ ਤ੍ਰਿਭੁਜ ਦੀਆਂ, ਮੰਨ ਲਓ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਜੇ ਦੋ ਤ੍ਰਿਭੁਜ ਲਿੱਤੇ ਆ, ਇੱਧਰਲੀ ਭੁਜਾ ਇੱਧਰਲੇ ਦੇ ਬਰਾਬਰ, ਥੱਲੜੀ ਭੁਜਾ ਥੱਲੜੇ ਦੇ ਬਰਾਬਰ, ਇੱਧਰਲੀ ਭੁਜਾ ਇੱਧਰਲੇ ਦੇ ਬਰਾਬਰ ਹੋ ਜਾਏ ਤਾਂ ਦੋਵੇਂ ਤ੍ਰਿਭੁਜ ਕੀ ਹੋ ਜਾਂਦੇ ਆ? ਸਰਬੰਸਾਂ, ਸੇਮ ਸਰਬੰਸਾਂ ਹੋ ਜਾਂਦੇ। ਐਵੇਂ ਉੱਪਰਲਾ ਕੋਣ ਉੱਪਰਲੇ ਦੇ, ਥੱਲੜਾ ਕੋਣ ਥੱਲੜੇ ਦੇ, ਤੇ ਇੱਧਰਲਾ ਕੋਣ ਇੱਧਰ। ਪਹਿਲੀ ਪ੍ਰੋਪਰਟੀ ਭੁਜਾਵਾਂ ਬਰਾਬਰ ਹੋਣ ਕਰਦੀ ਹੈ, ਦੂਜੀ ਪ੍ਰੋਪਰਟੀ ਕੋਣ ਕਰਦੀ ਹੈ, ਤੀਜੀ ਪ੍ਰੋਪਰਟੀ ਕੀ ਹੈ? ਆ ਵਿੱਚ ਵਾਲੀ ਭੁਜਾ ਤੇ ਇਹਦੇ ਨਾਲ ਜਿਹੜੇ ਦੋ ਕੋਣ ਬਣਦੇ ਇਹਨਾਂ ਨੂੰ ਇੱਕ ਦੂਜੇ ਤ੍ਰਿਭੁਜਾਂ ਦੇ ਬਰਾਬਰ ਕਰਦੇ ਤੇ ਇਹ ਵੀ ਕੀ ਹੋ ਜਾਂਦੇ ਆ? ਸਰਬੰਸਾਂ। ਯਾਨੀ ਕਿ ਕਿਸੇ ਵੀ ਦੋ ਤ੍ਰਿਭੁਜਾਂ ਨੂੰ ਸਰਬੰਸਾਂ ਕਰਨ ਦੇ ਤਰੀਕੇ। ਹੁਣ ਆਪਾਂ ਇਸ ਸਵਾਲ ਚ ਏਸੀ ਬਰਾਬਰ ਏਡੀ ਦਿੱਤਾ, ਏਸੀ ਆ ਭੁਜਾ ਤੇ ਏਡੀ ਆ ਭੁਜਾ, ਉਹਨਾਂ ਨੇ ਪਹਿਲਾਂ ਹੀ ਨਿਸ਼ਾਨ ਲਾਇਆ ਹੋਇਆ ਕਿ ਬਰਾਬਰ। ਉਹ ਕਹਿੰਦਾ ਏ ਬੀ ਸੀ, ਯਾਨੀ ਕਿ ਇੱਕ ਨੰਬਰ ਤ੍ਰਿਭੁਜ, ਦੋ ਨੰਬਰ ਤ੍ਰਿਭੁਜ ਦਾ ਕੀ ਕਰਨਾ ਹੈ? ਸਰਬੰਸ। ਹੁਣ ਦੇਖੋ ਆਪਾਂ ਇੱਕ ਵਾਰ ਲੈ ਲਓ, ਹੁਣ ਦੇਖੋ ਆ ਭੁਜਾ ਇਹ ਭੁਜਾ ਦੇ ਬਰਾਬਰ ਦਿੱਤੀ ਹੋਈ ਹੈ, ਦਿੱਤੀ ਹੋਈ ਹੈ ਨਾ। ਅੱਛਾ ਆ ਇੱਕ ਨੰਬਰ ਕੋਣ ਤੇ ਦੋ ਨੰਬਰ ਕੋਣ ਕੀ ਆਪਸ ਚ ਬਰਾਬਰ? ਕਿਉਂ? ਕਿਉਂਕਿ ਏ ਬੀ ਭੁਜਾ ਇਸ ਕੋਣ ਨੂੰ ਦੋ ਬਰਾਬਰ ਹਿੱਸਿਆਂ ਚ ਵੰਡਦੀ ਹੈ, ਇਸ ਕਰਕੇ ਦੋਵੇਂ ਕੋਨਾਂ ਦਾ ਮਾਪ ਆਪਸ ਕੀ ਹੈ? ਬਰਾਬਰ। ਹੁਣ ਦੋਵੇਂ ਤ੍ਰਿਭੁਜਾਂ ਵਿੱਚ ਆ ਜਿਹੜੀ ਏ ਬੀ ਭੁਜਾ ਸਾਂਝੀ ਹੈ, ਸਾਂਝੀ ਹੈ, ਦੋਵਾਂ ਦੇ ਬਰਾਬਰ ਹੋ ਗਈ, ਸਾਂਝੀ ਹੈ, ਤਾਂ ਇਸਦਾ ਮਤਲਬ ਇੱਕ ਨਿਯਮ ਨਾਲ ਇੱਕ ਕੋਣ ਦਾ ਜੋੜਾ, ਇੱਕ ਭੁਜਾ ਦਾ ਜੋੜਾ, ਦੂਜਾ ਕੋਣ ਦਾ ਜੋੜਾ ਤੇ ਤੀਜਾ ਕਾਹਦਾ ਜੋੜਾ? ਭੁਜਾ ਕੇ ਕੋਣ, ਭੁਜਾ, ਯਾਨੀ ਕਿ ਦੋ ਟੋਟਲ ਭੁਜਾਵਾਂ ਦੇ ਜੋੜੇ ਹੋ ਗਏ, ਇੱਕ ਜੋੜਾ ਕਾਹਦਾ ਹੋ ਗਿਆ? ਕੋਣ ਦਾ। ਉਸ ਨੂੰ ਲੈ ਕੇ ਦੋਵੇਂ ਤ੍ਰਿਭੁਜ ਕੀ ਹੋ ਗਏ? ਸਰਬੰਸਾਂ। ਯਾਨੀ ਕਿ ਲਿਖਾਂਗੇ ਏ ਸੀ ਬਰਾਬਰ ਏ ਡੀ, ਗਿਵਨ ਜਾਂ ਦਿੱਤਾ ਹੈ। ਦੂਜਾ ਲਿਖਾਂਗੇ ਕੋਣ ਵਨ ਬਰਾਬਰ ਕੋਣ ਟੂ, ਕਿਉਂਕਿ ਏ ਬੀ ਬਾਇਸੈਕਟਸ ਕਿਹੜਾ ਕੋਣ? ਐਂਗਲ ਏ। ਤੇ ਉਸ ਤੋਂ ਬਾਅਦ ਲਿਖਾਂਗੇ ਏ ਬੀ ਬਰਾਬਰ ਏ ਬੀ ਸਾਂਝੀ ਭੁਜਾ। ਇੰਗਲਿਸ਼ ਵਾਲੇ ਲਿਖ ਲਓ ਕੋਮਨ। ਹਾਂ ਠੀਕ ਹੈ ਜੀ, ਹੁਣ ਆ ਹੋ ਗਿਆ। ਦੇਖੋ ਇੱਕ ਭੁਜਾ ਦਾ ਜੋੜਾ, ਇੱਕ ਕੋਣ ਦਾ ਜੋੜਾ ਤੇ ਤੀਜਾ ਵੀ ਕੀ ਹੈ? ਭੁਜਾ ਦਾ। ਤਾਂ ਕੀ ਨਿਯਮ ਲੱਗੂਗਾ? ਐਸ ਏ ਐਸ, ਸਾਈਡ ਐਂਗਲ ਸਾਈਡ। ਤ੍ਰਿਭੁਜ ਏ ਬੀ ਸੀ, ਸਰਬੰਸਮ ਹੈਗਾ ਤ੍ਰਿਭੁਜ ਏ ਬੀ ਡੀ ਦੇ, ਹੁਣ ਕੀ ਆ ਗਿਆ? ਐਸ ਏ ਐਸ। ਐਸ ਏ ਐਸ ਦਾ ਮਤਲਬ ਸਾਈਡ ਐਂਗਲ ਸਾਈਡ। ਭੁਜਾ ਜਿਹੜੇ ਪੰਜਾਬੀ ਮੀਡੀਅਮ ਵਾਲੇ ਉਹ ਪੰਜਾਬੀ ਚ ਲਿਖ ਸਕਦੇ ਆ ਭੁਜਾ ਕੋਣ ਭੁਜਾ, ਚਾਹੇ ਇੰਗਲਿਸ਼ ਹੀ ਐਸ ਏ ਐਸ ਲਿਖ ਲਓ ਕੋਈ ਗਲਤ ਨਹੀਂ ਕਰੂਗਾ। ਪੰਜਾਬੀ ਚ ਭੁਜਾ ਕੋਣ ਭੁਜਾ ਵੀ ਲਿਖ ਸਕਦੇ, ਐਸ ਏ ਐਸ ਵੀ ਲਿਖ ਸਕਦੇ। ਇਹ ਹੋ ਗਿਆ, ਇਹੀ ਚੀਜ਼ ਸਿੱਧ ਕਰਨੀ ਸੀ। ਦੂਜੀ ਚੀਜ਼ ਉਹਨਾਂ ਨੇ ਕਿਹਾ ਬੀ ਸੀ ਬਰਾਬਰ ਬੀ ਡੀ ਹੈਗਾ, ਜਦੋਂ ਕੋਈ ਵੀ ਦੋ ਤ੍ਰਿਭੁਜ ਸਰਬੰਸਮ ਹੋ ਜਾਣ ਤਾਂ ਬਾਕੀ ਜੋ ਵੀ ਚੀਜ਼ਾਂ ਉਹਨਾਂ ਨੇ ਕਹੀਆਂ ਬਰਾਬਰ ਕਰਨ ਨੂੰ ਕੀ ਹੋ ਜਾਂਦਾ? ਸੀ ਪੀ ਸੀ ਡੀ ਨਾਲ ਹੋ ਜਾਂਦੀ। ਸੀ ਪੀ ਸੀ ਡੀ ਦਾ ਮਤਲਬ ਹੈ ਕਿ ਬਾਕੀ ਬਚੀ ਹੋਈਆਂ ਚੀਜ਼ਾਂ ਆਟੋਮੈਟਿਕਲੀ ਇੱਕ ਦੂਜੇ ਦੇ ਕੀ ਹੋ ਜਾਂਦੀਆਂ? ਬਰਾਬਰ।
ਸਮਝ ਲੱਗ ਗਈ, ਸਵਾਲ ਸਮਝ ਲੱਗ ਗਿਆ। ਦੋ ਤ੍ਰਿਭੁਜ ਸਰਵੰਗ ਸੰਕਰ ਨੇ ਸੀ, ਇੱਕ ਭੁਜਾ ਬਰਾਬਰ ਦਿੱਤੀ ਹੈ, ਇੱਕ ਕੋਣ ਬਰਾਬਰ ਦਿੱਤਾ, ਤੀਜੀ ਭੁਜਾ ਕੀ ਹੋ ਗਈ ਕੋਮਨ ਸਾਂਝੀ ਸੀ, ਇਸ ਕਰਕੇ ਦੋਵੇਂ ਤ੍ਰਿਭੁਜ ਐਸੇ ਐਸ ਨਿਯਮ ਨਾਲ ਕੀ ਹੋ ਗਏ ਸਰਵੰਗ। ਸਮਝ ਲੱਗ ਗਈ।